ਬਾਬਾ ਕਾਲਾ ਤਸੀਲ ਦੇ ਜਮਾ ਸਾਹਿਬ ਤੋਂ ਜੀ। ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲਹੌਜ਼ੀ ਤੇ ਡਲਹੌਜ਼ੀ ਤੋਂ ਅੱਗੇ ਖਜਾਰ ਇੱਕ ਕਸਬਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ। ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਔਰ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਪਿਛਲੇ 3-4 ਦਿਨ ਤੋਂ ਆਪਣਾ ਇਲਾਜ ਕਰਾ ਰਹੇ। ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਔਰ ਅਸੀਂ ਵੱਲੇ ਤੈਅ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਹਰ ਜਾਂਦੇ ਆ ਹਿਮਾਚਲ ਦੇ ਵਿੱਚ ਔਰ ਜਿਹੜੇ ਇਹਨਾਂ ਦਾ ਹੀ ਵੀਰ ਜੇ ਆਉਂਦੇ ਆ ਤੇ ਉਹਨਾਂ ਨਾਲ ਇੱਦਾਂ ਘਟਨਾ ਵਾਪਰਦੀ ਆ ਉਹ ਬੜੀ ਮਾੜੀ ਗੱਲ ਹੈ। ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤਾ ਸੰਪਰਕ ਨਹੀਂ ਹੋਇਆ ਮੈਂ ਕੋਸ਼ਿਸ਼ ਕਰੂੰਗਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣੀ। DGP ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ। ਹਿਮਾਚਲ ਦੇ DGP ਸਾਹਿਬ ਨਾਲ ਹੁਣੇ ਮੈਂ ਟਰਾਈ ਕਰ ਰਿਹਾ ਸੀਗਾ ਪਰ ਉਹ ਕਹਿੰਦੇ ਜੀ ਆਊਟ ਆਫ ਸਟੇਸ਼ਨ ਨੇ। ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਟਾਈਮ ਮਿਲ ਜੇ ਤੇ ਮੈਂ ਹਿਮਾਚਲ ਦੇ CM ਸਾਹਿਬ ਨੂੰ DGP ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਆ ਉਹ ਜਾਂਚ ਕਰਾਉਣ ਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਏ ਔਰ ਅਸੀਂ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਿਹਾ ਕਿ ਉਹ ਬਿਆਨ ਦੇਣ। ਅਸੀਂ ਇੱਕ 0 FIR ਹੁੰਦੀ ਹੈ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਰਚਾ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਔਰ ਉਹ ਪਰਚਾ ਦਰਜ ਕਰਕੇ ਹੀ ਹਿਮਾਚਲ ਗੌਰਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਨਾ ਵਾਪਰੀ ਹੈ ਕਿਹੜੇ ਦੋਸ਼ੀ ਹੈ ਔਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਜਿਹੜੀ ਹੈ ਅਸੀਂ ਹਰ ਸੰਭਵ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਇਸ ਕਰਕੇ ਮੈਂ ਆਇਆ ਸੀਗਾ। ਕੱਲ ਵੀ ਆਉਣ ਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਨਾਂ ਬਿਜੀ ਸੀਗੇ ਸੋ ਉਹ ਮੈਂ ਉਹਨਾਂ ਨੂੰ ਭਰੋਸਾ ਦਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ। ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ CM ਸਾਹਿਬ ਸਾਰੀ ਉਹਨਾਂ ਦੀ ਗੌਰਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ। ਉਹਨੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਮਦਦ ਦੀ ਲੋੜ ਪਊ ਤੇ ਪੰਜਾਬ ਸਰਕਾਰ ਤੋਂ। ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿੰਨਾ ਗਲਤ ਹੈ? ਨਹੀਂ ਇਹ ਗਲਤ ਆ, ਬਹੁਤ ਹੀ ਗਲਤ। ਇਹ ਤਾਂ ਵਿਚਾਰੇ ਬਾਹਰੋਂ ਆਏ ਸੀ, ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ, ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਏਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਹੈ। ਬੰਦੇ ਬਾਹਰ ਤੁਸੀਂ ਜਾਂਦੇ ਹੋ ਦੇਖੋ ਉੱਥੇ ਸ਼ਿਮਲੇ ਚੋਂ ਸਾਡੇ ਸਭ ਲੋਕ ਦੋਸਤ ਮਿੱਤਰ ਕਈ ਨੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਗਏ ਆ ਤੇ ਜੇ ਉੱਥੇ ਏਦਾਂ ਦੀ ਘਟਨਾ ਹੁੰਦੀ ਹੈ ਤੇ ਬਹੁਤ ਮਾੜੀ ਘਟਨਾ, ਨਿੰਦਣ ਯੋਗ ਆ ਔਰ ਮੈਂ ਇਹਦੀ ਨਿੰਦਾ ਵੀ ਕਰਦਾ ਔਰ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ, ਕਿਉਂਕਿ ਹਿਮਾਚਲ ਤੇ ਬੇਸ ਹੀ ਜਿਹੜਾ ਜ਼ਿਆਦਾ ਜਿਹੜਾ ਉਹ ਟੂਰਿਜ਼ਮ ਦੇ ਉੱਤੇ ਆ, ਉਹ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਨ ਕਿ ਹਿਮਾਚਲ ਦੇ ਵਿੱਚ ਏਦਾਂ ਨਹੀਂ ਮੁੜ ਕੇ ਕੋਈ ਘਟਨਾ ਨਾ ਵਾਪਰ। ਸਰ ਤੇ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ, ਉਹ ਡਿਲੀਟ ਕਰਾਈ ਗਈ ਪੁਲਿਸ ਵੱਲੋਂ। ਅਸੀਂ FIR ਦਰਜ ਕਰ ਔਰ ਉਹ ਚੀਜ਼ਾਂ ਹੀ ਬਾਅਦ ਦੇ ਵਿੱਚ ਉਹਦੀ ਜਾਂਚ FIR ਦੇ ਕੀ ਹੁਕਮ ਕੀਤੇ ਗਏ? FIR ਦੇ ਹੁਕਮ ਕਰਤੇ ਆ ਕਿ 0 FIR ਜਿਹੜੀ ਹੁੰਦੀ ਹੈ ਉਹ ਅਸੀਂ ਦਰਜ ਕਰਾਂਗੇ, ਉਹ ਬਿਆਨ ਦੇਣਗੇ ਉਹਨੇ ਉਹਨੇ 1.5-2 ਘੰਟਿਆਂ ਦੇ ਵਿੱਚ ਪਰਚਾ ਦਰਜ ਹੋ ਜਾਊਗਾ। ਉਹਦੇ ਤੋਂ ਬਾਅਦ ਫਿਰ ਅਸੀਂ ਉਹ ਹਿਮਾਚਲ ਗੌਰਮੈਂਟ ਨੂੰ ਭੇਜਾਂਗੇ, ਫਿਰ ਹਿਮਾਚਲ ਗੌਰਮੈਂਟ ਦਾ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਉਂਗਾ। ਸਰ ਇੱਕ ਕੰਗਨਾ ਰੋਡ ਤੋਂ ਲੈ ਕੇ ਇਸ ਤਰੀਕੇ ਦੇ, ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲੇ ਕਿ ਕੰਗਨਾ ਰੋਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ? ਨਹੀਂ ਇਹ ਬਿਲਕੁਲ ਨਹੀਂ, ਇਹ ਚੀਜ਼ ਸਾਹਮਣੇ ਆਈ ਔਰ ਜੇ ਸਾਹਮਣੇ ਆ, ਜੇ ਇੱਦਾਂ ਵੀ ਹੋਵੇ ਤਾਂ ਵੀ ਮਾੜਾ, ਜਿੱਦਾਂ ਵੀ ਹੋਵੇ ਬਹੁਤ ਮਾੜੀ ਗੱਲ ਹੈ, ਘਟਨਾ ਮਾੜੀ ਹੈ, ਕਿਸੇ ਵੀ ਰੂਪ ਦੇ ਵਿੱਚ ਹੋਈ ਆ ਘਟਨਾ, ਬਹੁਤ ਨਿੰਦਣਯੋਗ।